ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਾਈ ਆਪਾਂ ਸਭ ਨੂੰ ਪਤਾ ਹੈ ਕਿ ਗੁਰਬਾਣੀ ਖਜ਼ਾਨਾ ਹੈ ਤੇ ਗੁਰਬਾਣੀ ਵਿੱਚ ਹਰ ਇੱਕ ਸਵਾਲ ਦਾ ਜਵਾਬ ਵੀ ਦਿੱਤਾ ਗਿਆ ਹੈ ਗੁਰਬਾਣੀ ਵਿੱਚ ਸਭ ਦਾਤਾਂ ਲੁਕੀਆਂ ਨੇ ਤੇ ਅਨਮੋਲੇ ਰਾਜ ਵੀ ਆਪਾਂ ਸਭ ਜਾਣਦੇ ਹਾਂ ਕਿ ਆਪਣਾ ਕੁਝ ਵੀ ਨਹੀਂ ਹੈ ਜੋ ਵੀ ਹੈ ਉਸ ਵਾਹਿਗੁਰੂ ਦਾ ਇੱਥੋਂ ਤੱਕ ਕਿ ਆਪਣੇ ਸਵਾਸ ਵੀ ਉਸ ਵਾਹਿਗੁਰੂ ਦੇ ਬਖਸ਼ੇ ਹੋਏ ਨੇ ਜਦੋਂ ਆਪਾਂ ਇਹ ਸਮਝ ਲਿਆ ਤੇ ਗੁਰਬਾਣੀ ਨੂੰ ਜਪਿਆ ਸਮਝਿਆ ਤਾਂ ਉਹ ਮਨੁੱਖ ਦੇ ਸਭ ਦੁੱਖ ਦਿਲਦਰ ਦੂਰ ਹੋ ਜਾਂਦੇ ਨੇ ਮਨੁੱਖ ਘਰ ਦਾ ਕੰਮ ਕਰਦੇ ਨੇ ਜਾਂ ਹੱਟ ਦਾ ਜਾਂ ਖੇਤੀ ਦਾ ਕੰਮ ਕਰਦੇ ਨੇ ਉਹ ਲਗਭਗ 11:00 ਵਜੇ ਸਾਰੇ ਜਣੇ ਵੇਲੇ ਹੋ ਜਾਂਦੇ ਨੇ ਜੇ ਆਪਾਂ ਰੋਜ਼ ਇੱਕ ਨਿਸ਼ਚਿਤ ਸਮਾਂ ਤੈਅ ਕਰ ਲਈਏ ਉਸ ਸਮੇਂ ਰੋਜ਼ ਇੱਕ ਬਾਤ ਸੁਖਣੀ ਸਾਬ ਦਾ ਕਰੀਏ ਘਰ ਵਿੱਚ ਬਰਕਤ ਵੀ ਵਾਸ ਕਰੇਗੀ ਕਰੋ ਦੁੱਖ ਦਿਲਦਰ ਵਿੱਚ ਚਲੇ ਜਾਣਗੇ ਕਹਿੰਦੇ ਨੇ ਨਾ ਕਿ ਜਦੋਂ ਗੁਰੂ ਵਾਹਿਗੁਰੂ ਜੀ ਦਾ ਇੱਕ ਭਗਤ ਰੋਜ਼ ਗਲੀ ਵਿੱਚੋਂ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਹੋਏ ਲੰਘਦਾ ਸੀ ਤੇ ਇੱਕ ਮੁਸਲਮਾਨ ਵੀਰ ਜੋ ਸੀ ਉਹ ਬੜਾ ਜਿਆਦਾ ਰੋਗੀ ਸੀ ਸਿਰ ਤੇ ਸਿਰਫ ਸੁਖਮਨੀ ਸਾਹਿਬ ਜੀ ਦੀ ਬਾਣੀ ਸੁਣਨ ਨਾਲ ਉਹਦਾ ਸਾਰਾ ਦੁੱਖ ਰੋਗ ਕੱਟੇ ਗਏ ਸੀ ਦਿਨੇ ਘਰ ਵਿੱਚ ਬਰਕਤ ਨਹੀਂ ਹੈਗੀ ਉਹ ਰੋਜ਼ ਇੱਕ ਸਮਾਂ ਨਿਸ਼ਚਿਤ ਕਰ ਲੋ ਭਾਵੇਂ 11 ਵਜੇ ਦਾ ਹੀ ਸਮਾਂ ਨਿਸ਼ਚਿਤ ਕਰ ਲੋ ਅਤੇ ਰੋਜ਼ ਉਸ ਸਮੇਂ ਇੱਕ ਪਾਠ ਸੁਖਮਨੀ ਸਾਹਿਬ ਦਾ ਕਰੋ ਘਰ ਬਰਕਤ ਵੀ ਵਾਸ ਕਰੇਗੀ ਜੋ ਕਹਿੰਦੇ ਨੇ ਸਾਡੇ ਕਾਰੋਬਾਰ ਵਿੱਚ ਬਰਕਤ ਨਹੀਂ ਹੱਟ ਤੇ ਬਰਕਤ ਨਹੀਂ ਉਹ ਕੰਮ ਤੇ ਜਾਣ ਤੋਂ ਪਹਿਲਾਂ ਰੋਜ਼ ਇੱਕ ਪਾਠ ਸੁਖਨੀ ਸਾਹਿਬ ਦਾ ਕਰਕੇ ਜਾਓ ਫਿਰ ਦੇਖਿਓ ਤੁਸੀਂ ਆਪੇ ਇੱਕ ਹਫਤੇ ਵਿੱਚ ਬਦਲਾਵ ਵੇਖੋਗੇ ਜੋ ਕਹਿੰਦੇ ਨੇ ਘਰ ਲੜਾਈ ਹੁੰਦੇ ਝਗੜੇ ਨੇ ਪਿਆਰ ਨਹੀਂ ਹੈਗਾ ਆਪਸ ਚ ਤੂੰ ਤੋਂ ਮੈਂ ਮੈਂ ਉਹ ਸਵੇਰੇ ਉੱਠ ਕੇ ਜੇ ਸੁਬਾਹ ਉਹਨਾਂ ਦਾ ਸਮਾਂ ਨਹੀਂ ਲੱਗਦਾ ਆਪਣੇ ਕੰਮ ਕਾਰ ਨਿਬੇੜ ਕੇ 11:00 ਵਜੇ ਜਦੋਂ ਵੇਲੇ ਹੋ ਜਾਓ ਰੋਜ਼ ਇੱਕ ਪਾਠ ਸੁਖਨੀ ਸਾਹਿਬ ਦਾ ਕਰੋ ਜਦੋਂ ਸੁਖਨੀ ਸਾਹਿਬ ਦਾ ਪਾਠ ਕਰ ਲੋ ਕੋਲ ਜੋ ਜਲ ਰੱਖਦੇ ਆਪ ਵੀ ਸਕੋ ਤੇ ਹੋਰਾਂ ਨੂੰ ਵੀ ਸਿਖਾਓ ਪਾਠ ਕਰਨ ਉਪਰੰਤ ਜਦੋਂ ਜਿਵੇਂ ਘਰ ਹੁਣ ਤੇ ਬੱਚੇ ਜਿਵੇਂ ਸਕੂਲ ਨਹੀਂ ਜਾ ਰਹੇ ਘਰੇ ਨੇ ਤੇ ਉਹਨਾਂ ਦੇ ਸਿਰ ਤੇ ਹੱਥ ਜ਼ਰੂਰ ਫੇਰ ਜਦੋਂ ਵੀ ਪਾਠ ਕਰੋ ਸਵੇਰੇ ਕਰੋ ਸ਼ਾਮ ਨੂੰ ਕਰੋ ਤੇ ਉਹਨਾਂ ਦੇ ਸਿਰ ਤੇ ਹੱਥ ਜ਼ਰੂਰ ਫੇਰ ਫਿਰ ਦੇਖਿਓ ਦਿਨ ਬਦਲਦਿਆਂ देर ਨਹੀਂ ਲੱਗਦੀ ਕਿਸੇ ਤਰ੍ਹਾਂ ਦਾ ਵੀ ਜੇ ਘਰ ਵਿੱਚ ਦੁੱਖ ਕਲੇਸ਼ ਆਉ ਠੀਕ ਹੋ ਜਾਏਗਾ ਸੁਖਮਨੀ ਸਾਹਿਬ ਦਾ ਪਾਠ ਮਿੱਟੀ ਨੂੰ ਵੀ ਸੋਨਾ ਵਿੱਚ ਕਰਨ ਦਾ ਉਹਦੇ ਕੋਲ ਇੰਨਾ ਬਾਲ 14 ਤਰ੍ਹਾਂ ਦੀਆਂ ਵਿਦਿਆਵਾਂ ਹੁੰਦੀਆਂ ਨੇ ਤੇ ਜੇ ਜਦੋਂ ਆਪਾਂ ਸੁਖਨੀ ਸਾਹਿਬ ਦਾ ਪਾਠ ਕਰਦੇ ਆ ਉਹ ਸਾਰਾ ਗਿਆਨ ਮਨੁੱਖ ਨੂੰ ਪ੍ਰਾਪਤ ਹੋ ਸਕਦਾ ਹੈ। ਅੱਜ ਇੱਕ ਸਮਾਂ ਨਿਸ਼ਚਿਤ ਕਰ ਲਓ ਚਾਹੇ 11 ਵਜੇ ਦਾ ਜਿਸ ਸਮੇਂ ਤੁਹਾਡਾ ਸਮਾਂ ਲੱਗਦਾ ਹੈ ਰੋਜ਼ ਇੱਕ ਪਾਠ ਸੁਖਨੀ ਸਾਹਿਬ ਦਾ ਕਰੋ। ਕਿਸੇ ਤਰ੍ਹਾਂ ਦੀ ਕੋਈ ਵੀ ਕਰ ਦਲਿੱਦਰਤਾ, ਕਰ ਗਰੀਬੀ ਹੈ, ਕਰ ਬਿਮਾਰੀ ਹੈ ਜਾਂ ਕਿਸੇ ਤਰ੍ਹਾਂ ਦੀ ਬਰਕਤ ਨਹੀਂ ਹੈਗੀ ਉਹ ਸਾਰਾ ਕੁਝ ਦੂਰ ਹੋ ਕੇ ਤੇ ਸਿਰਫ ਤੇ ਸਿਰਫ ਘਰ ਸੋਖੀ ਸੁਖਾਏਗਾ। ਇੱਕ ਹਫਤਾ ਅਜਮਾ ਕੇ ਦੇਖ ਲਓ। ਫਿਰ ਆਓ ਵਾਹਿਗੁਰੂ ਜੀ ਦੇ ਲੜ ਲੱਗੀ